ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। ਵਿੱਚ ਰਜਬ ਮਹੀਨੇ ਅਰਬੀ ਦੇ ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। ਅਰਸ਼ਾਂ ਤੇ ਬੁਲਾ ਕੇ ਰੱਬ ਵੱਲੋਂ ਤੋਹਫ਼ਾ ਨਬੀ ਨੂੰ ਅਤਾ ਨਮਾਜ਼ ਹੋਇਆ। ਵਿੱਚ ਅਰਬ ਵਿੱਚ ਰਜਬ ਮਹੀਨੇ ਅਰਬੀ ਦੇ ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। ਅਰਸ਼ਾਂ ਤੇ ਬੁਲਾ ਕੇ ਰੱਬ ਵੱਲੋਂ ਤੋਹਫ਼ਾ ਨਬੀ ਨੂੰ ਅਤਾ ਨਮਾਜ਼ ਹੋਇਆ। ਵਿੱਚ ਅਰਬ ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। 1 ਲੱਖ ਤੇ ਕਈ ਹਜ਼ਾਰਾਂ ਸਨ, 1 ਲੱਖ ਤੇ ਕਈ ਹਜ਼ਾਰਾਂ ਸਨ, ਨਬੀ ਬਣ ਕੇ ਖੜੇ ਕਤਾਰਾਂ ਸਨ। 1 ਲੱਖ ਤੇ ਕਈ ਹਜ਼ਾਰਾਂ ਸਨ, 1 ਲੱਖ ਤੇ ਕਈ ਹਜ਼ਾਰਾਂ ਸਨ, ਨਬੀ ਬਣ ਕੇ ਖੜੇ ਕਤਾਰਾਂ ਸਨ। ਉੱਥੇ ਮੌਜੂਦ ਸ਼ਾਹੇ ਅਬਰਾਰਾਂ ਸਨ, ਉੱਥੇ ਮੌਜੂਦ ਸ਼ਾਹੇ ਅਬਰਾਰਾਂ ਸਨ, ਤੇ ਇਮਾਮਤ ਦਾ ਜਵਾਜ਼ ਹੋਇਆ। ਵਿੱਚ ਅਰਬ ਵਿੱਚ ਰਜਬ ਮਹੀਨੇ ਅਰਬੀ ਦੇ ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। ਆਕਾ ਚਲੇ ਮੇਰਾਜ ਪਰ ਬਲਗਲ ਉਲਾ ਬਿਕਮਾਲ ਹੀ, ਆਕਾ ਚਲੇ ਮੇਰਾਜ ਪਰ, ਆਕਾ ਚਲੇ ਮੇਰਾਜ ਪਰ, ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ, ਆਕਾ ਚਲੇ ਮੇਰਾਜ ਪਰ, ਬਲਗਲ ਉਲਾ ਬੇਕਮਾਲ ਹੀ, ਅੰਧੇਰਾ ਥਾ ਉਜਾਲਾ ਹੁਆ, ਕਸ਼ਫਤ ਦੁਜਾ ਬੇਜਮਾਲ ਹੀ। ਆਕਾ ਚਲੇ ਮੇਰਾਜ ਪਰ, ਬਲਗਲ ਉਲਾ ਬੇਕਮਾਲ ਹੀ, ਅੰਧੇਰਾ ਥਾ ਉਜਾਲਾ ਹੁਆ, ਕਸ਼ਫਤ ਦੁਜਾ ਬੇਜਮਾਲ ਹੀ। ਉਨਕੇ ਖਸਾਇਲ ਦੇਖ ਲੇ, ਅਰੇ ਉਨਕੇ ਖਸਾਇਲ ਦੇਖ ਲੇ, ਹਸਨਤ ਜਮੀ ਓ ਖਿਸਾਲ ਹੀ। ਆਕਾ ਚਲੇ ਮੇਰਾਜ ਪਰ, ਬਲਗਲ ਉਲਾ ਬੇਕਮਾਲ ਹੀ, ਅੰਧੇਰਾ ਥਾ ਉਜਾਲਾ ਹੁਆ, ਕਸ਼ਫਤ ਦੁਜਾ ਬੇਜਮਾਲ ਹੀ। ਉਨਕੇ ਆਕਾ ਚਲੇ ਮੇਰਾਜ ਪਰ, ਕਹੋ ਸੱਲੱਲਾਹੁ, ਆਕਾ ਚਲੇ ਮੇਰਾਜ ਪਰ, ਬਲਗਲ ਉਲਾ ਬੇਕਮਾਲ ਹੀ, ਅੰਧੇਰਾ ਥਾ ਉਜਾਲਾ ਹੁਆ, ਕਸ਼ਫਤ ਦੁਜਾ ਬੇਜਮਾਲ ਹੀ। ਅੰਧੇਰਾ ਥਾ ਉਜਾਲਾ ਹੁਆ, ਕਸ਼ਫਤ ਦੁਜਾ ਬੇਜਮਾਲ ਹੀ। ਉਨਕੇ ਖਸਾਇਲ ਦੇਖ ਲੇ, ਉਨਕੇ ਖਸਾਇਲ ਦੇਖ ਲੇ, ਹਸਨਤ ਜਮੀ ਓ ਖਿਸਾਲ ਹੀ। ਮਾਲਿਕ ਨੇ ਤੋਹਫਾ ਦੇ ਦਿਆ, ਸੱਲੂ ਅਲੈਹਿ ਵਾਲਿਹੀ, ਮਾਲਿਕ ਨੇ ਤੋਹਫਾ ਦੇ ਦਿਆ, ਸੱਲੂ ਅਲੈਹਿ ਵਾਲਿਹੀ। ਇਸ ਵਾਸਤੇ ਮੈਂ ਕਿਉਂ ਨਾ ਆਖਾਂ, ਵਿੱਚ ਰਜਬ ਮਹੀਨੇ ਅਰਬੀ ਦੇ, ਸਾਰੇ ਮਿਲ ਕੇ ਕਹਿ ਲੋ, ਵਿੱਚ ਰਜਬ ਮਹੀਨੇ ਅਰਬੀ ਦੇ, ਖੁੱਲ ਕੇ ਬੁਲੰਦ ਆਵਾਜ਼ ਨਾਲ, ਵਿੱਚ ਰਜਬ ਮਹੀਨੇ ਅਰਬੀ ਦੇ ਪੈਗੰਬਰ ਨੂੰ ਮੇਰਾਜ ਹੋਇਆ। ਅਰ ਵਿੱਚ ਰਜਬ ਮਹੀਨੇ ਅਰਬੀ ਦੇ ਪੈ
پیغمبر نو معراج ہویا عرشاں تے بلا کے رب ولو تحفہ نبی نو عطا اے نماز ہویا عرشاں تو بلا کے رب ولو عرشاں تے بلا کے رب ولو تحفہ نبی نو عطا نماز ہویا جبریل نبی نو لین آیا کہندا عرش تے رب نے جی بلوایا او جبریل نبی نو لین آیا جناب محمد صلی اللہ علیہ وسلم جبریل نبی نو لین آیا جبریل نبی نو لین آیا کہندا عرش تے رب نے بلوایا جبریل نبی نو لین آیا کہندا عرش تے رب نے جی بلوایا بیٹھے آقا براق تے جس ویلے بیٹھے آقا براق تے جس ویلے آتے کعبے تو سفر آغاز ہویا وچ رجب مہینے عربی دے پیغمبر نو معراج ہویا 1 لاکھ تے کئی ہزاراں سن نبی بن کے کھڑے قطاراں سن اوتھے موجود شاہ ابراراں سن تے امامت دا جواز ہویا وچ عرب میں وچ رجب مہینے عربی دے پیغمبر نو معراج ہویا جبریل نبی نو لین آیا کہندا عرش تے رب نے بلوایا جناب محمد نو صلی اللہ علیہ وسلم سبحان الذی اسرا بعبده لیلا من المسجد الحرام الى المسجد الاقصى الذی بارکنا حوله سبحان الذی اسرا بعبده لیلا من المسجد الحرام الى المسجد الاقصى الذی بارکنا حوله لنريه من آیاتنا انه هو السمیع البصیر او جبریل نبی نو لین آیا کہندا عرش تے رب نے ہے بلوایا کہو سبحان اللہ جبریل نبی نو لین آیا کہندا عرش تے رب نے ہے بلوایا بیٹھے آقا براق تے جس ویلے بیٹھے آقا براق تے جس ویلے بیٹھے آقا بیٹھے نبی براق تے جس ویلے جناب محمد صلی اللہ علیہ وسلم بیٹھے آقا براق تے جس ویلے آتے کعبیوں سفر آغاز ہویا آتے کعبیوں سفر آغاز ہویا وچ رجب مہینے عربی دے پیغمبر نو معراج ہویا عرشاں تے بلا کے رب ولو تحفہ نبی نو عطا اے نماز ہویا سب کہہ دو سبحان اللہ تے اس واسطے میں لکھیا ہے عرض کیتا ہے میں کیا اے راہوں پلیاں لوگانو اسی راہوں پلیاں لوگانو اسی رب دا قرآن سنا مانگے کہو انشاءاللہ اے راہوں پلیاں لوگانو اسی رب دا قرآن سنا مانگے راتوں پلیاں لوگانو اسی رب دا قرآن سنا مانگے شرک بدت والی راتوں ہٹا کے شرک بدت دی راتوں ہٹا کے حق دے رستے لا مانگے اے پلیاں ہو یا بھائیاں نو
ਪੁੱਲਿਆ ਹੋਇਆ ਪਾਇਆ ਨੂੰ ਪੁੱਲਿਆ ਹੋਇਆ ਲੋਗਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਕਿਉਂ ਜੀ ਮੁਜਾਹਦ ਨੇ ਕੁਰਾਨ ਸੁਣਾਇਆ ਮਜ਼ਾ ਆਇਆ ਕਿ ਨਹੀਂ ਦੀਸਾਂ ਕੋਲ ਤੇ ਆ ਜਾ ਕੇ ਹੈ ਯਾ ਅੱਲਾ ਦਾ ਕੁਰਾਨ ਹੈ ਯਾ ਮੁਹੰਮਦ ਦਾ ਫਰਮਾਨ ਹੈ ਸਲਸਲਾ ਇਸ ਵਾਸਤੇ ਅਸੀਂ ਪੁੱਲਿਆ ਹੋਇਆ ਰਾਇਆਂ ਨੂੰ ਓਏ ਰਾਤੋਂ ਪੁੱਲਿਆ ਲੋਕਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਕਹਿ ਦੋ ਇਨਸ਼ਾਅੱਲਾ ਇਹ ਪੁੱਲਿਆ ਹੋਇਆ ਲੋਕਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਸ਼ਿਰਕ ਬਿਦਤ ਦੀ ਰਾਤੋਂ ਹਟਾ ਕੇ ਸ਼ਿਰਕ ਬਿਦਤ ਦੀ ਰਾਤੋਂ ਹਟਾ ਕੇ ਓਏ ਹੱਕ ਦੇ ਰਸਤੇ ਲਾਵਾਂਗੇ ਇਹ ਪੁੱਲਿਆ ਹੋਇਆ ਲੋਕਾਂ ਨੂੰ ਅਸੀਂ ਰਾਹ ਪੁੱਲਿਆ ਹੋਇਆ ਲੋਕਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਤੇ ਮੈਂ ਕਿਹਾ ਮੁਸਲਮਾਨੋ ਸਭ ਇੱਕ ਹੋ ਜਾਓ ਕੁਫਰ ਤੇ ਗਲਬਾ ਪਾਵਣ ਲਈ ਮੁਸਲਮਾਨੋ ਸਭ ਇੱਕ ਹੋ ਜਾਓ ਕੁਫਰ ਤੇ ਗਲਬਾ ਪਾਵਣ ਲਈ ਮੁਸਲਮਾਨੋ ਸਭ ਇੱਕ ਹੋ ਜਾਓ ਸ਼ਿਰਕ ਤੇ ਗਲਬਾ ਪਾਵਣ ਲਈ ਓ ਰੱਬ ਦੀ ਜ਼ਮੀਨ ਤੋਂ ਕੁਫਰ ਮਿਟਾ ਕੇ ਰੱਬ ਦਾ ਨਿਜ਼ਾਮ ਚਲਾਵਣ ਲਈ ਮੁਸਲਮਾਨੋ ਸਭ ਇੱਕ ਹੋ ਜਾਵੋ ਕੁਫਰ ਤੇ ਗਲਬਾ ਪਾਵਣ ਲਈ ਰੱਬ ਦੀ ਜ਼ਮੀਨ ਤੋਂ ਸ਼ਿਰਕ ਮਿਟਾ ਕੇ ਰੱਬ ਦੀ ਜ਼ਮੀਨ ਤੋਂ ਕੁਫਰ ਮਿਟਾ ਕੇ ਰੱਬ ਦਾ ਨਿਜ਼ਾਮ ਚਲਾਵਣ ਲਈ ਜੋ ਮਨਸ਼ੂਰ ਸਿਹਾਬਾ ਦਾ ਸੀ ਜੋ ਦਸਤੂਰ ਸਿਹਾਬਾ ਦਾ ਸੀ ਇੱਥੇ ਅਸੀਂ ਚਲਾਵਾਂਗੇ ਜੋ ਮਨਸ਼ੂਰ ਸਿਹਾਬਾ ਦਾ ਸੀ ਇੱਥੇ ਅਸੀਂ ਚਲਾਵਾਂਗੇ ਓ ਸ਼ਿਰਕ ਬਿਦਤ ਦੀ ਰਾਤੋਂ ਹਟਾ ਕੇ ਓ ਹੱਕ ਦੇ ਰਸਤੇ ਪਾਵਾਂਗੇ ਕਹੋ ਇਨਸ਼ਾਅੱਲਾ ਇਹ ਪੁੱਲਿਆ ਹੋਇਆ ਲੋਕਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਮਿਹਰਤ ਕੀਤਾ ਆਓ ਭਾਈ ਸਭ ਇੱਕ ਹੋ ਜਾਈਏ ਹਸਦ ਦਿਲਾਂ ਵਿੱਚੋਂ ਕੱਢ ਦਈਏ ਅੱਲਾ ਹਸਦ ਖਤਮ ਫਰਮਾਏ ਆਓ ਭਾਈਓ ਇੱਕ ਹੋ ਜਾਈਏ ਜਾਈਏ ਓ ਆਵੋ ਭਾਈਓ ਇੱਕ ਹੋ ਜਾਈਏ ਹਸਦ ਦਿਲਾਂ ਵਿੱਚੋਂ ਕੱਢ ਦਈਏ ਇਹ ਆਵੋ ਭਾਈਓ ਇੱਕ ਹੋ ਜਾਈਏ ਹਸਦ ਦਿਲਾਂ ਵਿੱਚੋਂ ਕੱਢ ਦਈਏ ਇਹ ਪੱਲਿਆ ਜੋ ਮਨ ਹੋਏ ਬੁਗਜ਼ ਦਾ ਜੋ ਮਨਹੂਸ ਹੈ ਬੂਟਾ ਬੁਗਜ਼ ਦਾ ਜੋ ਮਨਹੂਸ ਹੈ ਬੂਟਾ ਵਿਸ਼ਨੂੰ ਬਿਲਕੁਲ ਵੱਢ ਦਈਏ ਆਵੋ ਪਾਇਓ ਇੱਕ ਹੋ ਜਾਈਏ ਹਸਦ ਦਿਲਾਂ ਵਿੱਚੋਂ ਕੱਢ ਦਈਏ ਬੁਗਜ਼ ਦਾ ਜੋ ਮਨਹੂਸ ਹੈ ਬੂਟਾ ਬਿਲਕੁਲ ਇਸ ਨੂੰ ਵੱਢ ਦਈਏ ਓਏ ਦਰਸ ਵਫਾ ਮੁਹੱਬਤ ਵਾਲਾ ਪਿਆਰ ਮੁਹੱਬਤ ਦਾ ਅੱਜ ਲੋਕੋ ਇੱਥੇ ਦਰਸ ਸੁਣਾਵਾਂਗੇ ਓ ਸ਼ਿਰਕ ਬਿਦਤ ਦੀ ਰਾਤੋਂ ਹਟਾ ਕੇ ਸ਼ਿਰਕ ਬਿਦਤ ਦੀ ਰਾਤੋਂ ਹਟਾ ਕੇ ਹੱਕ ਦੇ ਰਸਤੇ ਲਾਵਾਂਗੇ ਪੁੱਲਿਆ ਹੋਇਆ ਲੋਕਾਂ ਨੂੰ ਅਸੀਂ ਰੱਬ ਦਾ ਕੁਰਾਨ ਸੁਣਾਵਾਂਗੇ ਤੇ ਜਦੋਂ ਇਸਲਾਮ ਇੱਥੇ ਆ ਜਾਸੀ ਜਦੋਂ ਇਸਲਾਮ ਇੱਥੇ ਆ ਜਾਸੀ ਅੱਲਾ ਕਰੇ ਜ਼ਿੰਦਗੀਆਂ ਸਾਡੀਆਂ ਚ ਆ ਜਾਏ ਅਸੀਂ ਤਾਂ ਕਹਿੰਦੇ ਹਾਂ ਕੱਲ ਸਵੇਰ ਹੁੰਦੀ ਤੋਂ ਪਹਿਲੇ ਹੁਣੇ ਹੀ ਆ ਜਾਏ ਔਰ ਇਨਸ਼ਾਅੱਲਾ ਹੁਣ ਆਵੇ ਹੀ ਆਵੇ
ਓਏ ਹੁਣ ਇਸਲਾਮ ਦੀ ਬਰਕਤ ਹੋ ਸੀ ਇਹ ਮੁਲਕ ਖੁਸ਼ਹਾਲ ਹੋ ਜਾਏਗਾ, ਅਮਨ ਸਕੂਨ ਹੋਵੇ ਹਰ ਪਾਸ, ਜ਼ੁਲਮ ਖਤਮ ਹੋ ਜਾਏਗਾ, ਅਮਨ ਸਕੂਨ ਹੋ ਸੀ ਹਰ ਪਾਸ, ਅਮਨ ਸਕੂਨ ਹੋ ਸੀ ਹਰ ਪਾਸ, ਜ਼ੁਲਮ ਖਤਮ ਹੋ ਜਾਏਗਾ, ਓ ਜ਼ੁਲਮ ਖਤਮ ਹੋ ਜਾਏਗਾ, ਓ ਇੱਕ ਦੂਜੇ ਨੂੰ ਨਾਲ ਮਿਲਾ ਕੇ, ਇੱਕ ਦੂਜੇ ਨੂੰ ਨਾਲ ਮਿਲਾ ਕੇ ਦੀਨ ਦਾ ਸਬਕ ਪੜ੍ਹਾਵਾਂਗੇ, ਸ਼ਿਰਕ ਬਿਦਤ ਦੀ ਰਾਹ ਤੋਂ ਹਟਾ ਕੇ ਹੱਕ ਦੇ ਰਸਤੇ ਲਾਵਾਂਗੇ, ਭੁੱਲਿਆ ਹੋਇਆ ਭਾਈਆਂ ਨੂੰ ਕੁਰਾਨ ਸੁਨਤ ਵੀ ਮਨਾਵਾਂਗੇ। ਅਸਲਾਮ ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ, ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ, ਸਿੱਦੀਕ ਅਕਬਰ ਰਜ਼ੀ ਅੱਲਾਹੁ ਤਾਲਾ, ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ, ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ, ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ, ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ, ਨਬੂਵਤ ਵਾਲੇ 23 ਸਾਲ ਗੁਜ਼ਾਰੇ ਸਨ ਸਹਾਬਾ ਵਿੱਚ ਮੁਹੰਮਦ ਨੇ ਸਸਨ, ਨਬੂਵਤ ਵਾਲੇ 23 ਸਾਲ ਗੁਜ਼ਾਰੇ ਸਨ ਮੁਰੀਦਾਂ ਵਿੱਚ, ਕਦੀ ਮਿਲਾਦ ਆਪਣੇ ਦਾ ਹੁਕਮ ਆਕਾ ਸੁਣਾਇਆ ਨਹੀਂ, ਕਦੀ ਮਿਲਾਦ ਆਪਣੇ ਦਾ ਹੁਕਮ ਆਕਾ ਸੁਣਾਇਆ ਨਹੀਂ, ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ, ਨਬੂਵਤ ਵਾਲੇ 23 ਸਾਲ ਗੁਜ਼ਾਰੇ ਸਨ ਸਹਾਬਾ ਵਿੱਚ, ਕਦੀ ਮਿਲਾਦ ਆਪਣੇ ਦਾ, ਕਦੀ ਮਿਲਾਦ ਆਪਣੇ ਦਾ ਹੁਕਮ ਆਕਾ ਸੁਣਾਇਆ ਨਹੀਂ, ਤਕਬੀਰ ਇਸਲਾਮ, ਨਬੂਵਤ ਵਾਲੇ 23 ਸਾਲ ਸਹਾਬਾ ਵਿੱਚ ਗੁਜ਼ਾਰੇ ਸਨ, ਕਦੀ ਮਿਲਾਦ ਆਪਣੇ ਦਾ ਹੁਕਮ ਆਕਾ ਸੁਣਾਇਆ ਨਹੀਂ, ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ, ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ, ਇਹ ਤੀਸਰੀ ਈਦ ਯਾਰਾ ਨੇ ਕਿੱਥੋਂ ਖਬਰੇ ਲਿਆਂਦੀ ਏ, ਇਹ ਤੀਸਰੀ ਈਦ ਯਾਰਾ ਨੇ, ਇਹ ਤੀਸਰੀ ਈਦ ਯਾਰਾ ਨੇ ਕਿੱਥੋਂ ਖਬਰੇ ਲਿਆਂਦੀ ਏ, ਸਬੂਤ ਇਸਦਾ ਨਹੀਂ ਮਿਲਦਾ ਨਾ ਸ਼ਰੀਅਤ ਦਸਾਂਦੀ ਏ, ਤੀਸਰੀ ਈਦ ਯਾਰਾ ਨੇ
ਕਿਤੋਂ ਖਬਰੇ ਲਿਆਂਦੀ ਏ, ਸਬੂਤ ਇਸਦਾ ਨਹੀਂ ਮਿਲਦਾ, ਨਾ ਸ਼ਰੀਅਤ ਦਸਾਂਦੀ ਏ। ਜੁਲੂਸ ਸੰਜਦਾ ਸਹਾਬਾ ਨੇ, ਜੁਲੂਸ ਸੰਜਦਾ ਸਹਾਬਾ ਨੇ, ਕਦੀ ਕੱਢਿਆ ਕਢਾਇਆ ਨਹੀਂ। ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ? ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ। ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ। ਗਦੇ ਕੋੜੇ ਬਸਾਂ ਗੱਡੀਆਂ ਕਤਾਰਾਂ ਵਿੱਚ ਲਗਾ ਦੇਣਾ, ਗਦੇ ਕੋੜੇ ਬਸਾਂ ਗੱਡੀਆਂ ਕਤਾਰਾਂ ਵਿੱਚ ਲਗਾ ਦੇਣਾ, ਫੁੱਲਾਂ ਦੇ ਹਾਰ ਗਲਿਆਂ ਵਿੱਚ ਉੱਤੇ ਚੰਡੀਆਂ ਸਜਾ ਦੇਣਾ, ਗਲਾਂ ਵਿੱਚ ਹਾਰ ਫੁੱਲਾਂ ਦੇ ਉੱਤੇ ਚੰਡੀਆਂ ਸਜਾ ਦੇਣਾ। ਮੁਹੰਮਦ ਨੇ ਸੱਲਾਹ ਮੁਹੰਮਦ ਨੇ ਮੁਰੀਦਾਂ ਨੂੰ ਕਦੀ ਇੰਜ ਵੀ ਫਰਮਾਇਆ ਨਹੀਂ। ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ। ਰਬੀ ਦੀ ਬਾਰਾਂ ਤਾਰੀਖ, ਰਬੀ ਦੀ ਬਾਰਾਂ ਨੂੰ ਆਕਾ ਗਏ ਛੱਡ ਫਾਨੀ ਦੁਨੀਆ ਨੂੰ, ਰਬੀ ਦੀ ਬਾਰਾਂ ਨੂੰ ਆਕਾ ਜਨਾਬ ਮੁਹੰਮਦ ਸਸਲ, ਰਬੀ ਦੀ ਬਾਰਾਂ ਨੂੰ ਆਕਾ ਗਏ ਛੱਡ ਫਾਨੀ ਦੁਨੀਆ ਨੂੰ। ਅੱਲਾ ਜਾਣੇ ਕਿਉਂ ਨੱਚਦੇ ਨੇ ਤੇ ਕੀ ਹੋਇਆ ਏ ਸੁਨੀਆ ਨੂੰ, ਰਬੀ ਦੀ ਬਾਰਾਂ ਨੂੰ ਆਕਾ ਗਏ ਛੱਡ ਫਾਨੀ ਦੁਨੀਆ ਨੂੰ। ਅੱਲਾ ਜਾਣੇ ਕਿਉਂ ਨੱਚਦੇ ਨੇ ਤੇ ਕੀ ਹੋਇਆ ਸੁਨੀਆ ਨੂੰ। ਨੱਚਣ ਵਾਲਾ ਇਹਦੀ ਐਸਾ ਨਬੀ ਸੋਨਾ ਲਿਆਇਆ ਨਹੀਂ। ਸਿਆਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ। ਸਹਾਬਾ ਨੇ ਪੈਗੰਬਰ ਦਾ ਜਸ਼ਨ ਲੋਗੋ ਮਨਾਇਆ ਨਹੀਂ। ਸਿੱਦੀਕ ਅਕਬਰ ਉਮਰ ਫਾਰੂਕ ਨੂੰ ਕਿਉਂ ਯਾਦ ਆਇਆ ਨਹੀਂ? ਅੱਲਾ ਅੱਲਾ ਨਬੀ ਮੇਰੇ ਦਾ ਹੌਸਲਾ, ਗਾਲੀਆਂ ਸੁਣ ਕੇ ਵੀ ਮੁਸਕਰਾਉਂਦਾ ਗਿਆ। ਉਹ ਕਹੋ ਸੁਭਾਨ ਅੱਲਾਹ, ਅੱਲਾ ਅੱਲਾ ਨਬੀ ਮੇਰੇ ਦਾ ਹੌਸਲਾ, ਗਾਲੀਆਂ ਸੁਣ ਕੇ ਵੀ ਮੁਸਕਰਾਉਂਦਾ ਗਿਆ। ਉਹਦੇ ਅਖਲਾਕ ਤੋਂ ਜਾਵਾਂ ਕੁਰਬਾਨ ਮੈਂ, ਉਹਦੇ ਅਖਲਾਕ ਤੋਂ ਜਾਵਾਂ ਕੁਰਬਾਨ ਮੈਂ, ਦੁਸ਼ਮਨਾ ਥੱਲੇ ਚਦਰਾਂ ਵਿਛਾਉਂਦਾ ਗਿਆ। ਅੱਲਾ ਅੱਲਾ ਮੇਰੇ ਪੀਰ ਦਾ ਹੌਸਲਾ, ਕੌਣ ਪੀਰ? ਮੁਹੰਮਦ। ਅੱਲਾ ਅੱਲਾ ਮੇਰੇ ਆਕਾ ਦਾ ਹੌਸਲਾ, ਗਾਲੀਆਂ ਸੁਣ ਕੇ ਵੀ ਮੁਸਕਰਾਉਂਦਾ ਗਿਆ। ਉਹਦੇ ਅਖਲਾਕ ਤੋਂ ਜਾਵਾਂ ਕੁਰਬਾਨ ਮੈਂ, ਵੈਰੀਆਂ ਥੱਲੇ ਚਦਰਾਂ ਵਿਛਾਉਂਦਾ ਗਿਆ। ਕਹੋ ਸੁਭਾਨ ਅੱਲਾ। ਉਹ ਕਦੀ ਮੰਗਦਾ ਦੁਆਵਾਂ ਬਹਿ ਕੇ ਯਾਰਾਂ ਦੇ ਵਿੱਚ, ਔਰ ਕਦੀ ਰੋਂਦਾ ਕੱਲਾ ਜਾ ਕੇ ਗਾਰਾਂ ਦੇ ਵਿੱਚ।
کدی منگتا دعا بہ کے یار اور کدی روندا کلا جا کے غاراں دے وچ کتنا احساس امت دا سی پیر نو کتنا احساس امت دا سی پیر نو اوے ساری عمر دا رب نو منوندا رہا اوے کتنا احساس امت دا سی پیر نو ساری عمر دا رب نو منوندا رہا او دے اخلاق تو جاواں قربان میں دشمناں تھلے چادر بچھاندا رہا کہو سبحان اللہ آیا دنیا تے ایسا نرالا نبی آیا دنیا تے کون آئے محمد سجن آیا دنیا تے ایسا نرالا نبی او جیڑا پتھراں نوں کلمہ پڑھاندا گیا آیا دنیا تے ایسا نرالا نبی جیڑا پتھراں نوں کلمہ پڑھاندا گیا جیڑ کو لا گئے او صحابہ بنے او ٹکٹ جنت دے سونا اتاندا گیا کہو سبحان آیا دنیا تے ایسا نرالا نبی جیڑا پتھراں نوں کلمہ پڑھاندا گیا او جو نبی دے بوہے تے فقیر آ گیا پیٹوں پکا تے عاجز حقیر آ گیا بے کساں دا جے بدر منیر آ گیا بے کساں دا جے بدر منیر آ گیا اور خود صحیفہ کے اگے کھلوندا گیا آیا شان رسالت شار اسلام نعرہ تکبیر اور جنہ توحید خاطر کٹائے گلے جنہ توحید خاطر کٹائے گلے او قیامت نو بھی سنگ نبی دے رلے اللہ حضور دا ساتھ نصیب فرمائے جنہ توحید خاطر کٹائے گلے او قیامت نو بھی سنگ نبی دے رلے پڑھ کے دیکھو اللہ دے اے قرآن نو مولا رحمت کے میں فرماؤں دا گیا کہو سبحان اللہ آیا دنیا تے ایسا نرالا نبی جیڑا پتھراں نو کلمہ پڑھاندا گیا آیا دنیا تے ایسا نرالا نبی جیڑا پتھراں نو کلمہ پڑھاندا گیا جو نبی کیویں پڑھیاں نمازاں طریقے دسے گفتگو دے بیا کا سلیقے دسے کیویں پڑھیاں نمازاں طریقے دسے اللہ سانوں بھی پڑھنیاں نصیب فرمائے کیویں پڑھیاں نمازاں طریقے دسے او گفتگو دے بیا کا سلیقے دسے پیدا ہووے کوئی تے عقیقے دسے مسئلہ اک اک محمد سناؤں دا گیا صلی اللہ علیہ وسلم جیڑے کول آ گئے او صحابہ بنے ٹکٹ جنت دے سونا اتاں دا گیا کی دساں صفت آقا دے اخلاق دی نہیں طاقت ربانی کرن بات دی کی دساں صفت مدنی دے اخلاق دی نہیں طاقت ربانی کرن بات دی او ملی مکے چ مائی پری پاپ دی او دی گٹھڑی میرا پیر چاندا گیا جیڑے کولا دے او سہاں